1 ਜੂਨ ਦੀ ਗੋਲਾਬਾਰੀ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੁੱਛਿਆ ਗਿਆ, ਪੱਤਰਕਾਰ ਅੰਦਰ ਆਏ, ਉਹਨਾਂ ਨੇ ਆਖਿਆ ਵੀ ਇੰਟਰਵਿਊ ਲਈ ਜਾਵੇ, ਵੀ ਇਹ ਕੀ ਬੋਲਦੇ ਨੇ, ਡਰ ਗਏ ਨੇ ਜਾਂ ਉੱਦਾਂ ਹੀ ਇਹਨਾਂ ਦੇ ਅੰਦਰ ਜਜ਼ਬਾ ਹੈ, ਅਜੇ ਵੀ ਇਹਨਾਂ ਦਾ ਕੌਨਫੀਡੈਂਸ ਲੈਵਲ ਜਿਹੜਾ ਇਹ ਲੋਤ ਨਹੀਂ ਹੋਇਆ। ਪਰ ਜਿਹੜਾ ਬਾਣੀ ਪੜ੍ਹਨ ਵਾਲਾ ਹੋਵੇ, ਨਾਮ ਅਭਿਆਸੀ ਹੋਵੇ, ਅਤੇ ਜਿਹੜਾ ਰੋਜ਼ ਇਹ ਗੱਲ ਪੜ੍ਹਦਾ ਹੋਵੇ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਮੈਦਾਨ ਛੱਡ ਕੇ ਭੱਜਣ ਵਾਲਿਆਂ ਤੋਂ ਨਹੀਂ ਸੀ ਜਿਹਦੀ ਇੰਟਰਵਿਊ ਲੈਣ ਵਾਸਤੇ ਗਏ ਸਨ ਅੰਦਰ। ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਆਖਦੇ ਨੇ ਵੀ ਕੱਲ੍ਹ ਵਾਲੇ ਦਿਨ ਸਾਰਾ ਦਿਨ ਗੋਲੀਬਾਰੀ ਹੋਈ ਅਤੇ ਉਹਦੇ ਤੋਂ ਬਾਅਦ ਤੁਹਾਡੀ ਕੀ ਸਟੇਟਮੈਂਟ ਹੈ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਤੇ ਸੰਤਾਂ ਨੇ ਆਖਿਆ ਵੀ ਕਹਿਣਾ ਕੀ ਹੈ, ਜਿੰਨੇ ਪਿੱਛੇ ਹਕੂਮਤਾਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਹਕੂਮਤਾਂ ਨੂੰ ਇਸ ਹਕੂਮਤ ਇੰਦਰਾ ਗਾਂਧੀ ਦੀ ਸਰਕਾਰ ਨੇ ਮਾਤ ਪਾ ਦਿੱਤੀ ਹੈ। ਜਿਸ ਸਿੱਖਾਂ ਨੇ ਇਹ ਤਖ਼ਤ ਦਵਾਏ, ਸਰਕਾਰਾਂ ਬਣਾਈਆਂ, ਹਿੰਦੁਸਤਾਨ ਯਾਦ ਕਰਾਇਆ, ਉਹ ਸਿੱਖ ਕੌਮ ਦੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲੇ ਕਰ ਰਹੀ ਹੈ ਸਰਕਾਰ, ਇਹ ਬੜੀ ਸ਼ਰਮ ਵਾਲੀ ਗੱਲ ਹੈ ਇਹਨਾਂ ਵਾਸਤੇ। ਦੂਸਰੀ ਗੱਲ ਉਹਨਾਂ ਨੇ ਆਖੀ ਵੀ ਇੰਦਰਾ ਗਾਂਧੀ ਦੇ ਸਮੇਤ ਹੋਰ ਜਿੰਨੀਆਂ ਹਕੂਮਤਾਂ ਨੇ ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਆਖੋ ਸਤਨਾਮ ਸ੍ਰੀ, ਇਹ ਦਾੜੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ, ਇਹ ਗੋਲ ਦਸਤਾਰਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਇਹ ਪਾਏ ਹੋਏ ਗਾਤਰੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ, ਛਕਿਆ ਹੋਇਆ ਅੰਮ੍ਰਿਤ ਅਤੇ ਪੜ੍ਹੀ ਹੋਈ ਬਾਣੀ ਇਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਅਤੇ ਨਾਲ ਹੀ ਮਹਾਂਪੁਰਖਾਂ ਨੇ ਆਖਿਆ ਕਿ ਇਹ ਜਿਹੜੀ ਇਹਨਾਂ ਦੀ ਭਾਵਨਾ ਹੈ ਸਿੱਖੀ ਨੂੰ ਖਤਮ ਕਰਨ ਦੀ, ਇਹ ਇਹਨਾਂ ਦੀ ਕਦੇ ਪੂਰੀ ਨਹੀਂ ਹੋਣੀ, ਪਹਿਲਿਆਂ ਦੀ ਵੀ ਪੂਰੀ ਨਹੀਂ ਕਦੇ ਹੋਈ। ਕੋਈ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਵੀ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਸੰਤ ਢਿੱਲੀ ਗਲਾ 'ਚ ਹੋ ਗਏ ਨੇ, ਡਰ ਗਏ ਨੇ, ਘਾਬਰ ਗਏ ਨੇ। ਉਹਨਾਂ ਆਖਿਆ ਨਹੀਂ ਡਰੇ ਨਹੀਂ, ਚੜ੍ਹਦੀ ਕਲਾ ਦੇ ਨਾਲ ਆ, ਇੱਕ ਵਾਰੀ ਆ ਲੈਣ ਦਿਓ, ਗੱਡੀਆਂ ਭਰ ਭਰ ਕੇ ਤੋਰ ਦਿਆਂਗੇ, ਜਿਹੜਾ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਬਾਰੇ ਸੋਚੇਗਾ। ਕਹਿੰਦੇ ਅਸੀਂ ਤਾਂ ਨਹੀਂ ਚੜ੍ਹਾਈ ਕਰਨ ਗਏ, ਕਿਤੇ ਉਹੀ ਚੜ੍ਹ ਕੇ ਆਏ ਆ ਨਾ, ਅਤੇ ਸਾਡੇ ਗੁਰੂ ਸਾਹਿਬਾਨ ਜਿੰਨੀਆਂ ਜੰਗਾਂ ਕੀਤੀਆਂ ਨੇ ਕਦੇ ਚੜ੍ਹ ਕੇ ਨਹੀਂ ਗਏ ਕਿਸੇ 'ਤੇ। ਜਿਹੜਾ ਕੋਈ ਚੜ੍ਹਾਈ ਕਰਕੇ ਆਉਂਦਾ ਰਿਹਾ, ਫਿਰ ਮੂੰਹ ਤੋੜਵਾ ਜਵਾਬ ਦੇਣਾ ਗੁਰੂ ਨੇ ਸਾਨੂੰ ਦੱਸਿਆ ਹੈ। ਅਤੇ ਅੱਜ 2 ਜੂਨ ਵਾਲੇ ਦਿਨ ਸਾਧ ਸੰਗਤ ਜਿਹੜੇ ਕੱਲ੍ਹ ਸਿੰਘ ਸ਼ਹੀਦ ਹੋ ਗਏ ਸਨ, ਭਾਈ ਮਹਿੰਗਾ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ, ਭਾਈ ਮਹਿੰਗਾ ਸਿੰਘ ਦਾ ਅੰਤਿਮ ਸੰਸਕਾਰ ਸਰੀਰ ਦਾ ਸ੍ਰੀ ਮੰਜੀ ਹਾਲ ਦੀਵਾਨ ਦੇ ਨਾਲ ਕੀਤਾ ਗਿਆ ਲਾਗਲੇ ਪਾਸੇ, ਅਤੇ ਭਾਈ ਰਾਮ ਸਿੰਘ ਜੀ ਦਾ ਸਰੀਰ ਦਾ ਸੰਸਕਾਰ ਲੰਗਰ ਸਾਹਿਬ ਵਾਲੇ ਪਾਸੇ ਕੀਤਾ ਗਿਆ। ਬਾਕੀ ਹੋਰ ਜਿਹੜੇ ਜ਼ਖਮੀ ਹੋਏ ਸਨ, ਹੋਰ ਵੀ ਸ਼ਹੀਦ ਹੋਏ ਕਈ ਜਿਨ੍ਹਾਂ ਦੇ ਨਾਮ ਨਹੀਂ ਇਤਿਹਾਸ 'ਚ ਆਏ, ਉਹ ਪਰਿਵਾਰ ਵਾਲੇ ਉਹਨਾਂ ਦੀਆਂ ਲਾਸ਼ਾਂ ਨੂੰ ਪਹਿਚਾਣ ਕੇ ਉਹ ਘਰਾਂ ਨੂੰ ਲੈ ਗਏ ਅਤੇ ਉਹਨਾਂ ਨੇ ਸੰਸਕਾਰ ਕੀਤੇ। ਜਿਹੜੇ ਜ਼ਖਮੀ ਸਨ ਉਹ ਹਸਪਤਾਲ ਪਹੁੰਚਾਏ ਗਏ, ਅਤੇ ਇਹਦੇ ਤੋਂ ਬਾਅਦ
ਜਿਹੜਾ ਪਰਕਰਮਾਂ ਦੇ ਵਿੱਚ ਖੂਨ ਡੁੱਲਾ ਸੀ, ਜਿਹੜੇ ਜ਼ਖਮੀ ਹੋ ਗਏ ਸਨ, ਸੰਗਤਾਂ ਨੇ ਆਣ ਕੇ ਉਹ ਖੂਨ ਸਾਫ਼ ਕੀਤਾ ਪਰਕਰਮਾਂ 'ਚੋਂ। ਦੱਸਣ ਦੇ ਮੁਤਾਬਕ ਬਾਅਦ ਵਿੱਚ ਜੋ ਵੇਖਿਆ ਗਿਆ, ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਗੁੰਮਟ ਦੇ ਵਿੱਚ 13 ਤੋਂ, ਮਾਫ਼ ਕਰਨਾ, 32 ਤੋਂ ਵੱਧ ਗੋਲੀਆਂ ਵੱਜੀਆਂ ਹੋਈਆਂ ਸਨ। ਸ੍ਰੀ ਅਕਾਲ ਤਖਤ ਸਾਹਿਬ 'ਤੇ ਵੱਜੀਆਂ ਹੀ ਵੱਜੀਆਂ। ਪਾਵਨ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰਲੀ ਇਮਾਰਤ ਦੇ ਵਿੱਚ ਵੀ 32 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਸਨ, ਜਿੱਥੋਂ ਸਾਂਝੀ ਬਾਲਤਾ ਦਾ ਉਪਦੇਸ਼ ਮਿਲਦਾ ਏ ਵੀ ਨਾ ਕੋ ਬੈਰੀ ਨਾਹੀਂ ਬੇਗਾਨਾ, ਜਿੱਥੇ ਆਖਦੇ ਨੇ ਵੀ ਸਾਰਿਆਂ ਧਰਮਾਂ ਲਈ ਚਾਰ ਦਰਵਾਜ਼ੇ ਖੁੱਲ੍ਹੇ ਨੇ, ਉਸ ਨਿਰਵੈਰ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ।